संतरा किन्नू मौसमी दे की लाभ ने किवें खाना चाहिदा? मौसमी दे विच ओ चीज मौजूद है जिहड़ी तुहाडी बॉडी दे सैल नू एक्टिव करदी है। जे तुसी कहिंदे हो कि सवेरे सवेरे कालजे च ठंड पै जाए तां तुसी सवेरे सवेरे किन्नूआं दा जूस पिया करो। किन्नू नू तुसी कट लो, फाड़ियां कट कट चब चब के खा जाओ, चूस चूस के खा जाओ, बाकी ओह फुल के जां सिड़ दो, ओह कमाल करदा। अच्छा जिहड़ा ओहदा छिलका हुंदा ओहनू सुका लो, सुका के ओहदा पाउडर बना लो। ਉਹਦੇ ਨਾਲ ਤੁਸੀਂ ਪਾਊਡਰ ਪਾਊਡਰ ਨੂੰ ਪਤਾ ਕੀ ਕਰਨਾ, ਗੁਲਾਬ ਜਲ 'ਚ ਮਿਕਸ ਕਰਕੇ ਉਹ ਕਰੀਮ ਜੀ ਬਣ ਜਾਂਦੀ ਹੈ, ਉਹਨੂੰ ਚਿਹਰੇ 'ਤੇ ਲਾਓ, ਮਾਸਕ ਵਾਂਗੂ। ਤੁਸੀਂ ਦੇਖੋਗੇ ਚਿਹਰੇ 'ਤੇ ਜਿਹੜੇ ਕਾਲੇ ਕਾਲੇ ਦਾਗ ਧੱਬੇ ਉਹ ਵੀ ਖਤਮ, ਪੈਰਾਂ ਦੀਆਂ ਅੱਡੀਆਂ 'ਤੇ ਲਾਓ ਜਿਹੜੀਆਂ ਫਟੀਆਂ ਰਹਿੰਦੀਆਂ ਨੇ। ਜੇ ਤੁਸੀਂ ਸੱਚਮੁੱਚ ਕਹਿੰਦੇ ਹੋ ਵੀ ਮੈਨੂੰ ਐਨ ਪੂਰੀ ਤਰ੍ਹਾਂ ਐਨਰਜੀ ਚਾਹੀਦੀ ਆ ਭਰਪੂਰ, ਬਈ ਕੱਲ੍ਹ ਰਾਤ ਬਹੁਤ ਹੋ ਗਈ, ਹੈਮਕੋਵਰ ਹੋਈ ਜਾਂਦਾ, ਲੇਡੀਜ਼ ਨੇ ਸਾਡੀਆਂ ਮਾਤਾ ਭੈਣਾਂ ਥੱਕ ਜਾਂਦੀਆਂ ਨੇ, ਸਵੇਰੇ ਸਵੇਰੇ ਕਿੰਨੂ ਦਾ ਜੂਸ ਇੱਕ ਗਲਾਸ, ਪਰ ਪੀਣਾ ਹੌਲੀ ਹੌਲੀ ਆ, ਐਂ ਗਟਕ ਗਟਕ ਕੇ ਪੀਓਗੇ ਗਲਾ ਖਰਾਬ ਕਰੂਗਾ। ਹੌਲੀ ਹੌਲੀ ਸਿਪ ਕਰ ਕਰਕੇ ਪੀਓ, ਉਹਨੂੰ ਟੈਂਪਰੇਚਰ ਦੇ ਦਿਓ ਆਪਣੇ ਮੂੰਹ ਦਾ ਨਾਲ, ਸਲਾਈਵਾ ਅੰਦਰ ਜਾਊਗਾ ਸਾਡੇ ਤਾਂ ਸਾਡੀ ਚੈਸਟ ਦੀ ਇਨਫੈਕਸ਼ਨ ਖਤਮ ਹੋਊਗੀ, ਤਾਕਤ ਦਊਗਾ ਸਰੀਰ ਨੂੰ ਔਰ ਸਰੀਰ ਦੀ ਸ਼ੁੱਧੀ ਕਰੂਗਾ। ਪਰ ਸਭ ਤੋਂ ਬੜੀ ਗੱਲ ਹੈ ਕਿ ਐਂ ਜਦੋਂ ਉਹਨੂੰ ਪੀਓਗੇ ਨਾ, ਤੁਹਾਨੂੰ ਐਂ ਲੱਗੂ ਜਿਵੇਂ ਕਾਲਜ ਵਿੱਚ ਠੰਡ ਪੈ ਗਈ। ਜਿਨ੍ਹਾਂ ਦਾ ਫੈਟੀ ਲੀਵਰ ਹੈ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ ਮਸੰਮੀ, ਸੰਤਰਾ, ਕਿੰਨੂ, ਕੋਈ ਵੀ ਜੂਸ ਮਿਲ ਜਾਏ ਇਹਨਾਂ ਦੇ ਵਿੱਚੋਂ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਗੱਲ ਕਰਾਂਗੇ ਸੰਤਰਾ, ਕਿੰਨੂ, ਮੌਸਮੀ ਦੇ ਬਾਰੇ, ਕੀ ਲਾਭ ਨੇ, ਕਿਵੇਂ ਖਾਣਾ ਚਾਹੀਦਾ। ਸਾਡੇ ਨਾਲ ਮੌਜੂਦ ਨੇ ਸੁਭਾਸ਼ ਗੋਇਲ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਸਰ, ਬਹੁਤ ਬਹੁਤ ਸਵਾਗਤ। ਜਸ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਅੱਜ ਬੜੇ ਵਧੀਆ ਫਲ ਫਲ ਲੈ ਕੇ ਆ ਰਹੀ ਹਾਂ ਤੂੰ ਸਾਰੇ ਇਕੱਠੇ ਕਰ ਲਏ। ਅੱਛਾ ਜਿਹੜੀ ਮੌਸਮੀ ਹੈ, ਕਿਉਂ ਕਹਿੰਦੇ ਨੇ ਡਾਕਟਰ ਲੋਕ ਵੀ, ਬੜੇ ਬੜੇ ਵਿਦਵਾਨ ਲੋਕ ਵੀ, ਕਿ ਜੇ ਕਿਸੇ ਨੂੰ ਬੁਖਾਰ ਚੜ੍ਹਦਾ ਜਾਂ ਰੋਜ਼ ਬੁਖਾਰ ਹੀ ਚੜ੍ਹੀ ਜਾਂਦਾ, ਕਦੇ ਚੜ੍ਹ ਗਿਆ ਕਦੇ ਉੱਤਰ ਗਿਆ, ਮੌਸਮੀ ਬੁਖਾਰ ਹੋਈ ਜਾਂਦਾ, ਕਿਉਂ ਕਹਿੰਦੇ ਨੇ ਮਸੰਮੀ ਦਾ ਜੂਸ ਪੀਣਾ ਚਾਹੀਦਾ? ਪਤਾ ਕਿਉਂ ਕਹਿੰਦੇ ਨੇ? ਮਸੰਮੀ ਦੇ ਵਿੱਚ ਉਹ ਚੀਜ਼ ਮੌਜੂਦ ਹੈ ਜਿਹੜੀ ਤੁਹਾਡੀ ਬੋਡੀ ਦੇ ਸੈੱਲ ਨੂੰ ਐਕਟਿਵ ਕਰਦੀ ਆ, ਔਰ ਜਦੋਂ ਸਾਡੇ ਬ੍ਰੇਨ ਦੇ ਸੈੱਲ ਐਕਟਿਵ ਹੁੰਦੇ ਨੇ, ਹਾਰਮੋਨ ਸਿਸਟਮ ਸਾਡਾ ਸਟਰੋਂਗ ਹੁੰਦਾ, ਤਾਂ ਨੈਚੁਰਲੀ ਆ ਵੀ ਸਾਡੇ ਸਰੀਰ ਦੇ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ। ਕੋਈ ਵੀ ਰੋਗ ਹੈ, ਦਵਾਈ ਦਾ ਅਸਰ ਡਬਲ ਹੋ ਜਾਂਦਾ ਜਿਹੜੀਆਂ ਦਵਾਈਆਂ ਅਸੀਂ ਲੈਂਦੇ ਹਾਂ। ਦੂਜੀ ਗੱਲ, ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਵੇਰੇ ਸਵੇਰੇ ਕਾਲਜੇ 'ਚ ਠੰਡ ਪੈ ਜਾਏ, ਤਾਂ ਤੁਸੀਂ ਸਵੇਰੇ ਸਵੇਰੇ ਕਿੰਨੂਆਂ ਦਾ ਜੂਸ ਪੀਆ ਕਰੋ, ਕਿੰਨੂ ਦਾ ਜਿਹੜਾ ਜੂਸ ਹੈ। ਅੱਛਾ ਇੱਕ ਗੱਲ ਹੋਰ ਹੈ, ਕਿੰਨੂ ਨੂੰ ਤੁਸੀਂ ਕੱਟ ਲਓ, ਫਾੜੀਆਂ ਕੱਟ ਕੱਟ ਚੱਬ ਚੱਬ ਕੇ ਖਾ ਜਾਓ, ਚੂਸ ਚੂਸ ਕੇ ਖਾ ਜਾਓ, ਬਾਕੀ ਉਹ ਫੁਲ ਕੇ ਜਾਂ ਸਿੜ ਦਿਓ, ਉਹ ਕਮਾਲ ਕਰਦਾ। ਅੱਛਾ ਜਿਹੜਾ ਉਹਦਾ ਛਿਲਕਾ ਹੁੰਦਾ ਉਹਨੂੰ ਸੁਕਾ ਲਓ, ਸੁਕਾ ਕੇ ਉਹਦਾ ਪਾਊਡਰ ਬਣਾ ਲਓ। ਉਹਦੇ ਨਾਲ ਤੁਸੀਂ ਪਾਊਡਰ ਨੂੰ ਪਤਾ ਕੀ ਕਰਨਾ, ਗੁਲਾਬ ਜਲ 'ਚ ਮਿਕਸ ਕਰਕੇ ਉਹ ਕਰੀਮ ਜੀ ਬਣ ਜਾਂਦੀ ਹੈ, ਉਹਨੂੰ ਚਿਹਰੇ 'ਤੇ ਲਾਓ, ਮਾਸਕ ਵਾਂਗੂ। ਤੁਸੀਂ ਦੇਖੋਗੇ ਚਿਹਰੇ 'ਤੇ ਜਿਹੜੇ ਕਾਲੇ ਕਾਲੇ ਦਾਗ ਧੱਬੇ ਉਹ ਵੀ ਖਤਮ, ਪੈਰਾਂ ਦੀਆਂ ਅੱਡੀਆਂ 'ਤੇ ਲਾਓ ਜਿਹੜੀਆਂ ਫਟੀਆਂ ਰਹਿੰਦੀਆਂ ਨੇ, ਪੈਰਾਂ ਦੇ ਵਿੱਚ ਝਾਵੇਂ ਜਿਹੇ ਬਣ ਜਾਂਦੇ। ਕਈ ਤਾਂ ਵਿਚਾਰੀਆਂ ਮਾਤਾ ਭੈਣਾਂ ਦਿਖਾਉਂਦੀਆਂ ਨੇ, ਵੀਰਿਆ ਦੇਖ ਫਟੇ ਪਏ ਨੇ, ਮੱਝਾਂ ਚੋਣੀਆਂ ਪੈਂਦੀਆਂ ਨੇ, ਕੱਖ ਕੰਡਾ ਕਰਨਾ ਪੈਂਦਾ, ਆਹ ਕਰਨਾ ਉਹ, ਅਤੇ ਉਹ ਪੈਰਾਂ ਨੂੰ ਲਾਓ। ਜਿਹੜੀਆਂ ਭੈਣਾਂ ਦੇ ਵੀਰਾਂ ਦੇ ਪੈਰਾਂ 'ਚੋਂ ਮੁਸ਼ਕ ਮਾਰਦੀ ਹੈ, ਜੁੱਤੇ ਲਾਉਣ 'ਤੇ ਸਮੈਲ ਫੈਲ ਜਾਂਦੀ ਹੈ, ਉਹ ਅਗਰ ਕਿਤੇ ਇਹ ਛਿਲਕੇ ਜਿਹੜੇ ਹੁੰਦੇ ਨੇ, ਚਾਹੇ ਕਿੰਨੂ ਦੇ ਹੋਣ, ਮਸੰਮੀ ਦੇ ਹੋਣ, ਸੰਤਰੇ ਦੇ ਹੋਣ, ਕਾਲ ਕਰ ਕਰਕੇ ਹੁਣ ਇਹਨਾਂ ਪੁੱਛੀ ਜਾਏ ਉਹ ਛਿਲਕੇ ਕਿਹੜੇ ਵਰਤਣੇ, ਕੋਈ ਵੀ ਹੋਣ ਇਹਨਾਂ 'ਚੋਂ ਤਿੰਨਾਂ 'ਚੋਂ, ਉਹ ਪਾਊਡਰ ਬਣਾ ਲਓ। ਨਿੰਬੂ ਦੇ ਛਿਲਕੇ ਉਦੋਂ ਵੀ ਗਾਹਾਂ ਗੁਰੂ ਨੇ, ਮਤਲਬ ਇਹ ਸਾਰੇ ਛਿਲਕੇ ਕੰਮ ਆਉਣ ਵਾਲੇ ਆ। ਇਹਨਾਂ ਦਾ ਸੁਕਾ ਲਓ, ਕੜੰਗ ਜੇ ਬਣ ਜਾਂਦੇ ਆ, ਕੁੱਟ ਕੁੱਟ ਕੇ ਚੰਗੀ ਤਰ੍ਹਾਂ ਮਿਕਸੀ 'ਚ ਪਾ ਦਿਓ, ਮਿਕਸੀ 'ਚ ਦੋ ਚਾਰ ਗੇੜੇ ਦਿਓਗੇ, ਐਨ ਵਧੀਆ ਫਾਈਨ ਪਾਊਡਰ ਬਣ ਜਾਂਦਾ। ਉਹ ਪਾਊਡਰ ਨੂੰ ਕੱਪੜੇ 'ਚ ਛਾਣ ਲਓ, ਛਾਲਣੀ 'ਚ ਛਾਣ ਲਓ ਜਿਵੇਂ ਠੀਕ ਲੱਗਦਾ। ਉਸ ਤੋਂ ਬਾਅਦ ਉਹਨੂੰ ਪਾਓ ਭਾਂਡੇ 'ਚ, ਵੱਡੇ 'ਚ ਪਾਊਡਰ ਨੂੰ ਪਾਈ, ਅੱਧਾ ਕਿਲੋ ਬਣ ਗਿਆ ਪਾਊਡਰ, ਉਹਦੇ ਵਿੱਚ ਗੁਲਾਬ ਜਲ ਪਾ ਕੇ ਘੁਮਾਈ ਜਾਓ, ਘੁਮਾਈ ਜਾਓ, ਘੁਮਾਈ ਜਾਓ, ਕਰੀਮ ਬਣ ਜਾਂਦੀ ਆ। ਐਸੀ ਕਰੀਮ ਬਣਨੀ ਆ ਉਹ ਚਿਹਰੇ ਦੀ, ਕੋਈ ਨਾ ਉੱਥੇ ਤਾਂ ਸੁਭਾਸ਼ ਗੋਇਲ ਦੀਆਂ ਕਰੀਮਾਂ ਵੀ ਫੇਲ ਹੋ ਜਾਂਦੀਆਂ ਨੇ ਜੇ ਤੁਸੀਂ ਸੱਚਮੁੱਚ ਬਣਾ ਲਓਗੇ ਉਹਨੂੰ, ਤਾਂ ਉਹਨੂੰ ਤੁਸੀਂ ਲਾਓ ਫੇਸ ਦੇ ਉੱਪਰ, ਤੁਸੀਂ ਕਹੋਗੇ ਕਮਾਲ ਦਾ ਗਲੋ ਆ ਰਿਹਾ, ਕਮਾਲ ਦੀ ਸਕਿੰਨ ਠੀਕ ਹੋ ਰਹੀ ਆ। ਫਿਰ ਪੈਰਾਂ ਦੀਆਂ ਅੱਡੀਆਂ ਫਟੀਆਂ ਨੇ ਉਹਦੇ 'ਚ ਲਾਓ, ਪੈਰਾਂ 'ਚੋਂ ਮੁਸ਼ਕ ਮਾਰਦੀ ਆ ਉੱਥੇ ਲਾਓ, ਤੁਸੀਂ ਚੰਦ ਦਿਨਾਂ 'ਚ ਦੇਖੋਗੇ ਕਿੰਨਾ ਫਾਇਦਾ ਹੋ ਰਿਹਾ। ਔਰ ਉਹ ਲਾ ਕੇ ਵਾਸ਼ ਵੀ ਕਰਨੀ ਆ, ਕਿਤੇ ਛੱਡ ਦੇਵੋ ਫਿਰ ਮੁਸ਼ਕ ਵੀ ਆਉਣ ਲੱਗ ਜੂਗੀ, ਲਾਉਣੀ ਆ 15-20 ਮਿੰਟ, ਅੱਧਾ ਘੰਟਾ ਲਾ ਕੇ ਉਹਨੂੰ ਧੋ ਦਿਓ। ਧੋਣਾ ਵੀ ਕਾਹਦੇ ਨਾਲ, ਨੋਰਮਲ ਪਾਣੀ ਨਾਲ ਧੋਣਾ, ਕੋਈ ਸਾਬਣ ਸੁਬਣ ਨਾ ਯੂਜ਼ ਕਰਿਓ, ਨਹੀਂ ਤਾਂ ਫਿਰ ਉਹਦਾ ਫਾਇਦਾ ਹੀ ਖਤਮ ਹੋ ਜੂਗਾ ਜਿਹੜਾ ਉਹਨੂੰ ਮਿਲਣਾ। ਹਾਂ 2-3 ਦਿਨ ਬਾਅਦ, 2 ਦਿਨ ਚਾਹੇ ਸਾਬਣ ਨਾਲ ਇਸਤੇਮਾਲ ਕਰ ਲਓ, 1 ਦਿਨ ਜ਼ਰੂਰ ਉਹਨੂੰ ਐਂ ਪਾਣੀ ਨਾਲ ਧੋ ਕੇ ਛੱਡ ਦਿਓ, ਤਾਂ ਇਹ ਉਹਦਾ ਫਾਇਦਾ। ਜੂਸ ਜਿਹੜਾ ਆਪਾਂ ਪੀਣਾ, ਹੁਣ ਗੱਲ ਆਊਗੀ ਮਸੰਮੀ ਦੇ ਜੂਸ ਦੀ, ਗੱਲ ਕੀਤੀ ਸੰਤਰੇ ਦੀ, ਗੱਲ ਕਰਦੇ ਹਾਂ ਸੰਤਰੇ ਦੀ ਫਾੜੀ, ਠੀਕ ਹੈ ਨਾ। ਉਹ ਅਸੀਂ ਛੋਟੇ ਹੁੰਦੇ ਤਾਂ ਕਹਿੰਦੇ ਹੁੰਦੇ ਆੜੀ ਆੜੀ ਸੰਤਰੇ ਦੀ ਫਾੜੀ, ਅਤੇ ਉਹ ਬੜੇ ਵਧੀਆ ਲੱਗਦੀਆਂ, ਗੱਲਾਂ ਯਾਦ ਆ ਜਾਂਦੀਆਂ ਨੇ। ਤਾਂ ਉਹ ਸੰਤਰਾ ਜਿਹੜਾ ਹੈਗਾ ਉਹਨੂੰ ਮੂੰਹ 'ਚ ਪਾਓ, ਪੀਸ ਪੂਰਾ ਫਾੜੀ,
उहदे विचों बीज ने थुक दो, नो प्रॉब्लम। चब भी लोगे तो फायदा ही करना, रब ने एवं नहीं दिते हो, पर चलो आप स्वाद करके नहीं लेंदे, कौड़े होंगे ने, थुक दो ते उहदा जिहड़ा रसा रसा उह चूस लो ते उहदा जूस भी कढ सकते हो, जूस पी लो। उहदे छिलके तुहानूं जिवें दस्सिया सुकाउण लई रख दो। ते इसे तरह किन्नू जिहड़ा हैगा, जे तुसीं सचमुच कहिंदे हो वी मैनूं ऐन पूरी तरह एनर्जी चाहीदी आ भरपूर, बई कल रात बहुत हो गई, हैमगोवर होई जांदा, लेडीज़ ने साडियां माता भैणां थक जांदियां ने, सवेरे सवेरे किन्नू दा जूस एक गिलास पर पीना हौली हौली आ, ऐं गटक गटक के पियोंगे गला खराब करूगा ही करूगा। हौली हौली सिप कर करके पियो, उहनूं टैंपरेचर दे दो अपने मूँह दा, नाल सलाइवा अंदर जाऊगा साढ़े, तो साडी चैसट की इनफेक्शन खत्म होगी, ताकत दूगा शरीर नू और शरीर की शुद्धि करूगा। और सब तो बड़ी गल है कि ऐ जदों पियोंगे ना थोनों ऐ लगू जिवें कालेज ठंड पै गई, दसंबर जनवरी च भी इदां दा फील हुंदा अंदर, जिन्हां दा फैटी लीवर है उन्हां वास्ते बहुत फायदेमंद है मौसमी, संतरा, किन्नू, कोई भी जूस मिल जाए इन्हां दे विच्चों, कमालदार रिजल्ट है फैटी लीवर वालिआं वास्ते भी। बाकी जिन्हां नू फैटी लीवर की ज़्यादा प्रॉब्लम है ना, लीवर फैटी हो गया, जॉन्डस, पीलिया हो गया, उन्होंने एक बार आके मैं मिलना चाहिए, मिलना थोड़ा जहा औखा समा लगता, पर कोशिश करी जाओ इन्होंने नंबर से टैलीफोन कर करके कर करके तंग कर दौ, ताकि वह थोड़ा तो अपॉइंटमेंट देने मजबूर हो जाए। तुम कदे भी समा लेके आके मिलोंगे तो मैं आप मिलूँगा जदों तक मैं हैगा थोड़े नाल, ते नहीं तो बच्चे तो करनगे अपना काम। पर ये चीज़ का ख्याल रखो कि अपना अपने परिवार का अपने बच्चों का सही पालन पोषण जे करना तो सवेरे उठ के सब तो पहला खीरा जरूर खाना सारे ने एक एक, फिर उस बाद गाजर मिल जाए गाजर खा लो, नहीं तो मौसमी हर चीज़ यूज करते रहो, ऐ थोड़ी भी आप 365 दिन गाजरें खानी है, 365 दिन खीरा ही खाना, कदे गाजर खा लो, कदे शलगम खा लो, कदे मूली खा लो, जिन्होंने पेट की गैस है, अफारा आया रहिंदा पेट च, बदहजमी हुई रहिंदी आ, मूली खाया करो रोज़, उन्हें 5-7-10 दिन आपका काम करना, उस बाद सैट हो जाना। तो उस बाद मैं जिवें दस्या किन्नू, संतरा, मौसमी, पपीता, ये किन्ने फल ने, अनार दा रस पिया करो, जिहड़ा अनार दा रस है वो साडे शरीर दे विच जिन्ने भी कीड़े ने पेट दे विच सारे क्लीन कर दिंदा, गाजर पेट दे कीड़े फायदा करदी है खत्म करन दे विच, तो ये सारिया चीज़ां ने। बाकी गल्लां फिर करते रहांगे जदों जदों जस आऊगी, तुहानूं मैं नवीं नवीं गल्लां दसदा रहांगा जी। ਤੁਹਾਡਾ ਵੀ ਜਸ ਬਹੁਤ ਬਹੁਤ ਸ਼ੁਕਰੀਆ। ਔਰ ਜਿੰਨੇ ਵੀ ਦਰਸ਼ਕ ਸਾਡਾ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਬਸ ਮੇਰੇ ਵੱਲੋਂ ਇੱਕੋ ਹੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਸ਼ੀਰਵਾਦ ਕਿ ਹਮੇਸ਼ਾ ਆਪਣਾ, ਆਪਣੇ ਪਰਿਵਾਰ ਦਾ, ਖੁਦ ਦਾ ਬਹੁਤ ਖਿਆਲ ਰੱਖੋ, ਬੱਚਿਆਂ ਦਾ ਬਹੁਤ ਖਿਆਲ ਰੱਖੋ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਸਮਝ ਨਹੀਂ ਹੈਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ 'ਤੇ ਲਾ ਦਿੰਦੇ ਹਾਂ, ਉਹਨਾਂ ਦੀ ਜਦੋਂ ਅਸੀਂ ਕਦਰ ਨਹੀਂ ਕਰਦੇ, ਫਿਕਰ ਨਹੀਂ ਕਰਦੇ ਤਾਂ ਸਾਡੇ ਬੱਚੇ ਭਟਕ ਜਾਂਦੇ ਆ। ਇਸੇ ਕਰਕੇ ਜਿਹੜੇ ਲੋਕ ਨਸ਼ਿਆਂ 'ਤੇ ਸਾਡੇ ਬੱਚਿਆਂ ਨੂੰ ਲਾ ਲੈਂਦੇ ਨੇ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੱਕਦੇ ਨੇ। ਆਪਣੇ ਬੱਚਿਆਂ ਨਾਲ ਹਮੇਸ਼ਾ ਗੱਲਬਾਤ ਕਰਦੇ ਰਿਹਾ ਕਰੋ, ਪਰਿਵਾਰ ਦੇ ਵਿੱਚ ਇੱਕ ਟਾਈਮ, ਇੱਕ ਸਮਾਂ ਰਾਤ ਨੂੰ ਜ਼ਰੂਰ ਬੈਠ ਕੇ ਇਕੱਠੇ ਬੈਠ ਕੇ ਖਾਣਾ ਖਾਇਆ ਕਰੋ, ਇੱਕ ਦੂਜੇ ਦੀ ਗੱਲ ਸੁਣਿਆ ਕਰੋ, ਇੱਕ ਦੂਜੇ ਨੂੰ ਆਪਣੀ ਗੱਲ ਸੁਣਾਇਆ ਕਰੋ। ਸੋ ਵੀਡੀਓ ਚੰਗਾ ਲੱਗਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ। ਦੇਖਦੇ ਰਹੋ ਸਾਡਾ ਚੈਨਲ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।